ਗੁਰਬਾਣੀ ਦਾ ਫਰਮਾਨ ਹੈ ਆਪਣੜੇ ਗਰੀਬਾਂ ਮੈਂ ਸਿਰ ਨੀਵਾ ਕਰ ਦੇਖ ਗੁਰਬਾਣੀ ਕਹਿੰਦੀ ਹਮ ਨਹੀਂ ਚੰਗਾ ਬੁਰਾ ਨਹੀਂ ਕੋਏ ਤੇ ਅਸੀਂ ਆਪਣੇ ਗਰੀਬਾਂ ਚ ਕਦੇ ਝਾਕਦੇ ਹੀ ਨਹੀਂ ਦੇਖੋ ਜਿਹੜੀ ਕਟੜਤਾ ਜਿਹੜੀ ਸੌੜੀ ਸੋਚ ਜਿਹੜੀ ਅਸਹਿਣਸ਼ੀਲਤਾ ਤੇ ਜਿਹੜੀ ਨਾਂ ਬਰਾਬਰੀ ਦੀ ਸੋਚ ਦੇ ਖਿਲਾਫ ਮਹਾਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਹੋਰਾਂ ਨੇ ਕੁਰਬਾਨੀ ਦਿੱਤੀ ਉਹੀ ਸੋਚ ਸਾਡੇ ਸਾਰਿਆਂ ਦੇ ਅੰਦਰ ਕਿਤੇ ਨਾ ਕਿਤੇ ਵੱਧ ਫੁੱਲ ਰਹੀ ਹੈ ਫੈਲ ਰਹੀ ਹੈ ਤੇ ਅਸੀਂ ਇਹਦੇ ਤੋਂ ਪੂਰੀ ਤਰ੍ਹਾਂ ਬੇਖਬਰ ਆ ਅਸੀਂ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੂਰਵ ਮਨਾ ਰਹੇ ਆ ਸ਼ਹੀਦੀ ਦਿਹਾੜਾ ਮਨਾ ਰਹੇ ਆ ਪਰ ਅੱਜ ਵੀ ਜਦੋਂ ਆਲੇ ਦੁਆਲੇ ਦੇ ਮਾਹੌਲ ਤੇ ਝਾਤੀ ਮਾਰਦੇ ਆ ਤੇ ਸਾਡੇ ਪੰਜਾਬ ਦੇ ਅੰਦਰ ਹੀ ਸਾਡੇ ਹੀ ਅੰਦਰ ਕਿਤੇ ਨਾ ਕਿਤੇ ਉਹ ਸੋਚ ਜਿਹੜੀ ਸੋਚ ਨੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਜਿਹੜੀ ਸੋਚ ਨੂੰ ਗੁਰੂ ਸਾਹਿਬ ਦੀ ਉਹ ਮਹਾਨ ਸੋਚ ਰੜਕਦੀ ਸੀ ਉਹੀ ਸੋਚ ਸਾਡੇ ਸਾਰਿਆਂ ਦੇ ਅੰਦਰ ਕਿਤੇ ਨਾ ਕਿਤੇ ਫੈਲ ਰਹੀ ਹੈ ਅੱਜ ਅਸੀਂ ਚਾਰ ਚਫੇਰੇ ਠੰਡੇ ਮਿੱਠੇ ਪਾਣੀ ਦੀਆਂ ਸ਼ਬੀਲਾਂ ਲਾ ਰਹੇ ਹਾਂ ਚੰਗੀ ਗੱਲ ਹੈ ਲਾਉਣੀਆਂ ਚਾਹੀਦੀਆਂ ਨੇ ਪਰ ਨਾ ਤੇ ਸਾਨੂੰ ਸ਼ਬੀਲ ਦਾ ਇਤਿਹਾਸ ਪਤਾ ਹੈ ਤੇ ਨਾ ਹੀ ਸਾਨੂੰ ਗੁਰੂ ਸਾਹਿਬ ਦੀ ਕੁਰਬਾਨੀ ਦੇ ਅਸਲੀ ਕਾਰਨ ਪਤਾ ਨਹੀਂ ਤਾਂ ਕਿ ਅਸੀਂ ਵੀ ਉਸ ਸੋਚ ਤੋਂ ਬਚ ਸਕੀਏ ਜਿੰਨਾ ਕਾਰਨਾ ਨੇ ਗੁਰੂ ਸਾਹਿਬ ਦੀ ਸ਼ਹਾਦਤ ਲਈ ਸੀ ਮੈਂ ਤੁਹਾਡੇ ਨਾਲ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਦੇ ਕਾਰਨ ਸਾਂਝੇ ਕਰਦਾ ਕਾਰਨ ਸੁਣ ਕੇ ਆਪਾਂ ਸਾਰਿਆਂ ਨੇ છાਤੀ ਮਾਰਨੀ ਹੈ ਅੰਦਰ ਕਿ ਕੀ ਅਸੀਂ ਉਸ ਸੋਚ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ ਜਿਹੜੀ ਸੋਚ ਦੇ ਖਿਲਾਫ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਦੇਖੋ ਧਿਆਨ ਨਾਲ ਸੁਣਿਓ ਸ਼ੁਰੂ ਕਰਦੇ ਹਾਂ ਗੁਰੂ ਅਰਜਨ ਦੇਵ ਸਾਹਿਬ ਗੁਰੂ ਰਾਮਦਾਸ ਤੇ ਬੀਮੀ ਭਾਨੀ ਜੀ ਦੇ ਸੁਪੁੱਤਰ ਸਨ ਆਪ ਜੀ ਦਾ ਜਨਮ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਦੇ ਵਿੱਚ ਹੋਇਆ ਸੀ ਆਪ ਜੀ ਦੇ ਦੋ ਭਰਾ ਹੋਰ ਵੀ ਸੀ ਇੱਕ ਪਿਰਥੀਚੰਦ ਤੇ ਦੂਜਾ ਮਹਾਦੇਵ ਦੋਨਾਂ ਦੀ ਸੋਚ ਤੇ ਵਿਚਾਰਧਾਰਾ ਆਪ ਜੀ ਨਾਲੋਂ ਭਿੰਨ ਸੀ ਵੱਖਰੀ ਸੀ ਦੇਖੋ ਗੁਰੂ ਅਰਜਨ ਦੇਵ ਸਾਹਿਬ ਨੂੰ 1581 ਦੇ ਵਿੱਚ ਗੁਰਗੱਦੀ ਦਿੱਤੀ ਗਈ ਗੁਰਗੱਦੀ ਮਿਲਣ ਤੋਂ ਬਾਅਦ 1588 ਦੇ ਵਿੱਚ ਗੁਰੂ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਦਾ ਨਿਰਮਾਣ ਕਰਾਇਆ ਤੇ ਉੱਥੇ ਸਰੋਵਰ ਬਣਵਾਇਆ। ਔਰ 1588 ਦੇ ਵਿੱਚ ਗੁਰੂ ਸਾਹਿਬ ਨੇ ਹਰਮੰਦਰ ਸਾਹਿਬ ਦੀ ਜਿਹੜੀ ਨੀਂਹ ਹੈ ਉਹ ਸੂਫੀ ਸੰਤ ਇੱਕ ਮੁਸਲਮ ਫਕੀਰ ਮੀਆਂ ਮੀਰ ਤੋਂ ਰਖਵਾਈ ਸੀ। ਸੁਣੀ ਚੱਲਿਓ ਧਿਆਨ ਨਾਲ। ਗੁਰੂ ਸਾਹਿਬ ਦੇ ਘਰ 1595 ਦੇ ਵਿੱਚ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਗੁਰੂ ਸਾਹਿਬ ਨੇ 1601 ਈਸਵੀ ਤੋਂ ਲੈ ਕੇ ਤੇ 1604 ਈਸਵੀ ਤੱਕ 11ਵੇਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਮਹਾਨ ਕੰਮ ਕੀਤਾ ਔਰ ਇਹਦੇ ਵਿੱਚ ਭਾਈ ਗੁਰਦਾਸ ਜੀ ਨੇ ਲਿਖਣ ਦਾ ਕੰਮ ਗੁਰੂ ਸਾਹਿਬ ਦੇ ਨਾਲ ਕੀਤਾ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਅਕਬਰ ਬਾਦਸ਼ਾਹ ਵੀ ਆਇਆ ਤੇ ਬਹੁਤ ਪ੍ਰਭਾਵਿਤ ਹੋਇਆ ਤੇ ਗੁਰੂ ਸਾਹਿਬ ਨੇ ਉਸ ਨੂੰ ਕਹਿ ਕੇ ਤੇ ਕਿਸਾਨਾਂ ਦਾ ਮਜ਼ਦੂਰਾਂ ਦਾ ਲਗਾਨ ਵੀ ਮaaf ਕਰਵਾਇਆ ਸੀ ਆਪਾਂ ਅਸਲੀ ਕਾਰਨਾ ਤੇ ਜਾਣਾ ਹੈ ਦੇਖੋ ਉਸ ਤੋਂ ਬਾਅਦ ਅਕਬਰ ਦੀ ਥਾਂ ਤੇ ਜਦੋਂ 1605 ਈਸਵੀ ਦੇ ਵਿੱਚ ਅਕਬਰ ਦਾ ਹੀ ਮੁੰਡਾ ਜਹਾਂਗੀਰ ਗੱਦੀ ਤੇ ਬੈਠਾ ਤਾਂ ਉਸ ਨੇ ਫਿਰ ਗੁਰੂ ਸਾਹਿਬ ਨੂੰ ਸ਼ਹੀਦ ਕਰਵਾਇਆ 1606 ਈਸਵੀ ਦੇ ਵਿੱਚ ਹੁਣ ਗੁਰੂ ਸਾਹਿਬ ਦੀ ਸ਼ਹੀਦੀ ਕਿਉਂ ਹੋਈ ਧਿਆਨ ਨਾਲ ਸੁਣਿਓ ਗੌਰ ਨਾਲ ਸੁਣਿਓ ਅੱਜ ਅਸੀਂ ਵੇਖ ਰਹੇ ਹਾਂ ਨਾ ਕਿ ਸਾਡੇ ਪੰਜਾਬ 'ਚ ਕਿਤੇ ਇਹ ਨਾਹਰਾ ਲੱਗ ਰਿਹਾ ਹੈ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਇੱਥੋਂ ਭਜਾਓ ਤੇ ਫਿਰ ਪੰਜਾਬ ਬਚਾਓ ਕਿਤੇ ਕਿਸਾਨ ਤੇ ਮਜ਼ਦੂਰ ਆਪਸ 'ਚ ਉਲਝਾਏ ਪਏ ਨੇ ਤੇ ਤੇ ਕਿਤੇ ਕਿਤੇ ਉਹ ਕਿਸਾਨ ਜਿਨ੍ਹਾਂ ਨੇ ਸਿਰ ਤੇ ਪੱਗਾਂ ਬੰਨੀਆਂ ਨੇ ਤੇ ਪੂਰੇ ਸਿੱਖੀ ਵੇਸ ਤੇ ਇਸ 'ਚ ਨੇ ਉਹ ਕਿਰਤੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਉਂਦੇ ਨੇ ਕਿ ਜੇ ਇਹ ਘੱਟ ਮਜ਼ਦੂਰੀ ਨਹੀਂ ਲੈਣਗੇ ਤਾਂ ਫਿਰ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਇਹਨਾਂ ਨੂੰ ਖੇਤਾਂ 'ਚ ਨਹੀਂ ਵੜਨ ਦਿਆਂਗੇ ਹੁਣ ਇਹ ਜਿਹੜਾ ਸਾਰਾ ਮਾਹੌਲ ਇੱਥੇ ਬਣ ਰਿਹਾ ਹੈ ਜਾਂ ਜਿਵੇਂ ਇੱਥੇ ਨਸ਼ੇ ਫੈਲ ਰਹੇ ਨੇ ਜਿਵੇਂ ਇੱਥੇ ਜ਼ਗੀਰਦਾਰਾਂ ਸਰਮਾਇਯਦਾਰਾਂ ਯਾਨੀ ਮਲਕ ਭਾਗਵਾਂ ਦਾ ਬੋਲਬਾਲਾ ਹੋ ਗਿਆ ਅਸੀਂ ਸਾਰੇ ਮਲਕ ਭਾਗਵਾਂ ਦੀ ਜੈ ਜੈਕਾਰ ਕਰਦੇ ਆ ਉਹ ਉਹ ਉਹਨਾਂ ਨੂੰ ਹਾਰ ਪਾਉਣੇ ਆ ਉਹ ਉਹ ਉਹਨਾਂ ਨੂੰ ਸਿਰ ਤੇ ਬਿਠਾਉਣੇ ਆ ਇਹ ਸਾਰੀ ਸੋਚ ਗੁਰੂ ਸਹਿਬਾਨਾਂ ਦੀ ਸੋਚ ਦੇ ਉਲਟ ਹੈ ਦੇਖੋ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਦੇ ਮੁੱਖ ਕਾਰਨ ਕੀ ਧਿਆਨ ਨਾਲ ਸੁਣਿਓ ਤਾਂ ਫਿਰ ਦੱਸਿਓ ਉਲਟ ਨਹੀਂ ਚੱਲ ਰੇ ਪਹਿਲਾ ਕਾਰਨ ਗੁਰੂ ਸਾਹਿਬ ਨੇ ਸਾਰੇ ਧਰਮਾਂ ਜਾਤਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸ਼ੁਰੂ ਕੀਤਾ ਨਾ ਧਰਮ ਦੇ ਆਧਾਰ ਤੇ ਨਾ ਜਾਤ ਦੇ ਆਧਾਰ ਤੇ ਨਾ ਭਾਸ਼ਾ ਦੇ ਆਧਾਰ ਤੇ ਨਾ ਹੀ ਕਿਸੇ ਪ੍ਰਾਂਤ ਸੂਬੇ ਦੇ ਆਧਾਰ ਤੇ ਕੋਈ ਵਿਤਕਰਾ ਗੁਰੂ ਸਾਹਿਬ ਨੇ ਕਰਨਾ ਬੰਦ ਕਰਤਾ ਔਰ ਇਹਦੇ ਖਿਲਾਫ ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰਤਾ ਇਹਦੇ ਸਬੂਤ ਇਹ ਨੇ ਕਿ ਜਦੋਂ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ ਤਾਂ ਉਹਦੇ ਵਿੱਚ ਗੁਰੂ ਸਾਹਿਬ ਨੇ ਮੁਸਲਮ ਫਕੀਰਾਂ ਦੀ ਵੀ ਬਾਣੀ ਦਰਜ ਕੀਤੀ ਜਿਹੜੇ ਹਿੰਦੂ ਕੋਈ ਸੰਤ ਫਕੀਰ ਸੀ ਜਿਨ੍ਹਾਂ ਨੇ ਚੰਗਾ ਸੋਹਣਾ ਉਪਦੇਸ਼ ਸਮਾਜ ਨੂੰ ਦਿੱਤਾ ਉਹਨਾਂ ਦੀ ਵੀ ਬਾਣੀ ਦਰਜ ਕੀਤੀ ਔਰ ਜਿਹੜੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਇਹ ਤਾਂ ਬਹੁਤ ਨੀਵੀਆਂ ਜਾਤਾਂ ਵਾਲੇ ਨੇ ਮਤਲਬ ਜਿਹੜੇ ਗੁਰੂ ਰਾ रविदास ਜੀ ਵਰਗੇ ਸੀ ਜਿਨ੍ਹਾਂ ਨੂੰ ਛੂਦਰ ਤੱਕ ਸਮਾਜ ਚ ਕਿਹਾ ਜਾਂਦਾ ਸੀ ਉਹਨਾਂ ਦੀ ਵੀ ਬਾਣੀ ਦਰਜ ਕੀਤੀ ਤੇ ਫਿਰ ਜਦੋਂ ਸਾਰਿਆਂ ਨੂੰ ਬਰਾਬਰ ਦਾ ਸਤਕਾਰ ਦੇਣਾ ਸ਼ੁਰੂ ਕੀਤਾ ਨਾ ਧਰਮ ਨਾ ਜਾਤ ਨਾ ਪ੍ਰਾਂਤ ਨਾ ਭਾਸ਼ਾ ਹਰ ਤਰ੍ਹਾਂ ਦਾ ਵਿਤਕਰਾ ਖਤਮ ਕੀਤਾ ਤਾਂ ਫਿਰ ਜਿਹੜੇ ਕੱਟੜਵਾਦੀ ਸੋਚ ਵਾਲੇ ਸੀ ਜਿਹੜੇ ਸੌੜੀ ਸੋਚ ਵਾਲੇ ਸੀ ਜਿਹੜੇ ਜਿਹੜੇ ਅਸਾਇਨਸ਼ੀਲ ਸੀ ਜਿਨ੍ਹਾਂ ਦੇ ਦਿਮਾਗ ਸੌੜੇ ਸੀ ਉਹ ਸਾਰੇ ਗੁਰੂ ਸਾਹਿਬ ਦੇ ਖਿਲਾਫ ਹੋਣੇ ਸ਼ੁਰੂ ਹੋਏ ਤੇ ਇਕੱਠੇ ਹੋਣੇ ਸ਼ੁਰੂ ਹੋਏ ਦੇਖੋ ਜਦੋਂ ਹਰਮੰਦਰ ਸਾਹਿਬ ਦੀ ਨੀ ਗੁਰੂ ਸਾਹਿਬ ਹੋਰਾਂ ਨੇ 1588 ਦੇ ਵਿੱਚ ਮੁਸਲਮ ਫਕੀਰ ਤੋਂ ਰਖਾਈ ਮੀਆਂ ਮੀਰ ਤੋਂ ਤਾਂ ਉਸ ਵਕਤ ਬਹੁਤ ਸਾਰੇ ਕੱਟੜਵਾਦੀਆਂ ਨੂੰ ਗੁਰੂ ਸਾਹਿਬ ਤੇ ਤਕਲੀਫ ਹੋਈ ਤਾਂ ਫਿਰ ਉਹ ਸਾਰੇ ਇਕੱਠੇ ਹੋਏ ਤੇ ਜਦੋਂ ਤੱਕ ਅਕਬਰ ਦਾ ਰਾਜ ਸੀ ਅਕਬਰ ਫਿਰ ਵੀ ਮੁਕਾਬਲਤਨ ਦੂਜਿਆਂ ਨਾਲੋਂ ਸੈਨਹੀਲ ਸੀ ਇਹੀ ਕਾਰਨ ਹੈ ਕਿ ਉਹ ਗੁਰੂ ਸਾਹਿਬ ਨੂੰ ਮਿਲ ਕੇ ਵੀ ਗਿਆ ਤੇ ਗੁਰੂ ਸਾਹਿਬ ਦੇ ਕਹਿਣ ਤੇ ਉਸਨੇ ਲਗਾਨ ਵੀ ਮaaf ਕੀਤੀ ਪਰ ਜਦੋਂ ਹੀ ਜਹਾਂਗੀਰ ਬੈਠਾ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰਤੇ ਕਟੜਵਾਦੀਆਂ ਨੇ ਸੌੜੀ ਸੋਚ ਵਾਲਿਆਂ ਨੇ ਉਹ ਕਹਿੰਦੇ ਵੇਖੋ ਜੀ ਇਹ ਤਾਂ ਮਤਲਬ ਜਿਹੜਾ ਇੱਕ ਸਮਾਜ ਦਾ ਦਸਤੂਰ ਹੈ ਉਹਨੂੰ ਤੋੜ ਰਿਹਾ ਹੈ ਵੇਖੋ ਜੀ ਇਹ ਤਾਂ ਛੋਟੇ ਵੱਡੇ ਦਾ ਭੇਦ ਖਤਮ ਕਰ ਰਿਹਾ ਹੈ ਇਹ ਤਾਂ ਜਾਤ ਧਰਮ ਨਸਲ ਰੰਗ ਭਾਸ਼ਾ ਪ੍ਰਾਂਤ ਸਭ ਕੁਝ ਦੇ ਭੇਦ ਖਤਮ ਕਰੀ ਜਾਂਦਾ ਹੈ ਐਦਾਂ ਦਾ ਪ੍ਰਚਾਰ ਜਹਾਂਗੀਰ ਤੱਕ ਪਹੁੰਚਾਇਆ ਗਿਆ ਤੇ ਜਹਾਂਗੀਰ ਨੇ ਆਪਣੀ ਜਿਹੜੀ ਆਤਮ ਕਥਾ ਇੱਕ ਸਵੈ ਜੀਵਨੀ ਲਿਖੀ ਹੈ ਤੁਜ ਕੇ ਜਹਾਂਗੀਰੀ ਉਹਦੇ ਵਿੱਚ ਵੀ ਉਹਨੇ ਬਿਆਨ ਕੀਤਾ ਔਰ ਉਹਨੇ ਇਹ ਲਿਖਿਆ ਕਿ ਵੇਖੋ ਜੀ ਜਿਹੜਾ ਇਸਲਾਮ ਹੈ ਉਹ ਉਹ ਇਹ ਸਮਝਦਾ ਸੀ ਜਿਵੇਂ ਅੱਜ ਸਮਾਜ ਚ ਆਪਣੇ ਕਈ ਲੋਕ ਜਿਨ੍ਹਾਂ ਨੇ ਮੇਰੇ ਵਾਂਗ ਪੱਕ ਬੰਨੀ ਹੈ ਉਹ ਵੀ ਐਵੇਂ ਸਮਝਣ ਲੱਗ ਪਏ ਨੇ ਵੀ ਸ਼ਾਇਦ ਇੱਕ ਹੀ ਚੱਲਣਾ ਚਾਹੀਦਾ ਹੈ ਤੇ ਅਸੀਂ ਹੀ ਚੰਗੇ ਹਾਂ ਬਸ ਗੁਰਬਾਣੀ ਕਹਿੰਦੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਤੇ ਅਸੀਂ ਇਹ ਫੈਲਦੀ ਜਾ ਰਹੀਏ ਸੋਚ ਹਮ ਹੀ ਹਮ ਚੰਗੇ ਤੇ ਬਾਕੀ ਸਭ ਬੁਰੇ ਤੁਸੀਂ ਦੇਖੋ ਇਹੀ ਸੋਚ ਜਹਾਂਗੀਰ ਦੀ ਸੀ ਜਹਾਂਗੀਰ ਕਹਿੰਦਾ ਸੀ ਕਿ ਕੱਲਾ ਇਸਲਾਮ ਧਰਮ ਸਹੀ ਹੈ ਇਹੀ ਫੈਲਣਾ ਤੇ ਵਧਣਾ ਫੁੱਲਣਾ ਚਾਹੀਦਾ ਹੈ ਤੇ ਬਾਕੀ ਜਿਹੜੇ ਨੇ ਉਹ ਖਤਮ ਕਰ ਦੇਣੇ ਚਾਹੀਦੇ ਨੇ ਤੇ ਜਹਾਂਗੀਰ ਕੋਲ ਜਿਹੜਾ ਲਾਹੌਰ ਦਾ ਦੀਵਾਨ ਸੀ ਚੰਦੂ ਚੰਦੂ ਉਹਨੇ ਕੀ ਕੀਤਾ ਚੰਦੂ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਸਪੁੱਤਰ ਗੁਰੂ ਹਰਗੋਬਿੰਦ ਬਾਸਰੇ ਆਪਦੀ ਲੜਕੀ ਦਾ ਰਿਸ਼ਤਾ ਭੇਜਿਆ ਸੀ ਗੁਰੂ ਸਾਹਿਬ ਨੇ ਕਈ ਕਾਰਨਾ ਕਰਕੇ ਸਦਕਾਰ ਨਹੀਂ ਸੀ ਕੀਤਾ ਉਹ ਵੀ ਉਹਨਾਂ ਦੇ ਖਿਲਾਫ ਹੋ ਗਿਆ ਸੀ ਔਰ ਸਭ ਤੋਂ ਮੁੱਖ ਕਾਰਨ ਸ਼ਹੀਦਤ ਇਹ ਹੀ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੀ ਬਾਣੀ ਦਰਜ ਕਰਦੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਰੱਖਤੇ ਔਰ ਸਾਰਿਆਂ ਨੂੰ ਬਰਾਬਰ ਦਾ ਸਤਕਾਰ ਦੇਣਾ ਸ਼ੁਰੂ ਕਰਤਾ ਇਹ ਹੀ ਸੰਜੀਵਾਲਤਾ ਰੜਕਦੀ ਸੀ ਕੱਟੜਵਾਦੀਆਂ ਤੇ ਸੌੜੀ ਸੋਚ ਵਾਲਿਆਂ ਨੂੰ ਤੇ ਇਹੀ ਮੁੱਖ ਕਾਰਨ ਸੀ ਤਤਕਾਲੀ ਕਾਰਨ ਕੀ ਬਣਿਆ ਜਹਾਂਗੀਰ ਦਾ ਇੱਕ ਹੋਰ ਭਰਾ ਸੀਗਾ ਅਕਬਰ ਦਾ ਹੀ ਮੁੰਡਾ ਸੀ ਸ਼ਹਿਜਾਦਾ ਖੁਸਰੋ ਜਿਹੜਾ ਬਹੁਤ ਚੰਗੇ ਸੁਭਾਅ ਤੇ ਚੰਗੀ ਸੋਚ ਵਾਲਾ ਸੀ ਅਕਬਰ ਉਹਨੂੰ ਗੱਦੀ ਦੇਣੀ ਚਾਹੁੰਦਾ ਸੀ ਪਰ ਜਿਹੜਾ ਜਹਾਂਗੀਰ ਸੀ ਇੱਕ ਤਰ੍ਹਾਂ ਨਾਲ ਉਹਨੇ ਧੱਕੇ ਨਾਲ ਪਿਓ ਦੀ ਗੱਦੀ ਤੇ ਕਬਜ਼ਾ ਕੀਤਾ ਫਿਰ ਉਸਨੇ ਆਪਦੇ ਭਰਾ ਸ਼ਹਿਜ਼ਾਦਾ ਖੁਸਰੋ ਨੂੰ ਵੀ ਕੈਦ ਕੀਤਾ ਤੇ ਖੁਸਰੋ ਕਿਸੇ ਤਰ੍ਹਾਂ ਕੈਦ ਦੇ ਵਿੱਚੋਂ ਨਿਕਲਿਆ ਤੇ ਫਿਰ ਉਹ ਨਿਕਲ ਕੇ ਚਲਾ ਗਿਆ ਤੇ ਸ਼ਹਿਜ਼ਾਦਾ ਖੁਸਰੋ ਫਿਰ ਜਦੋਂ ਕੈਦ 'ਚੋਂ ਨਿਕਲ ਕੇ ਅਫਗਾਨਿਸਤਾਨ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਹ ਪੰਜਾਬ 'ਚੋਂ ਲੰਘ ਰਿਹਾ ਸੀ ਤੇ ਗੁਰੂ ਸਾਹਿਬ ਦੇ ਕੋਲ ਉਹ 2 ਦਿਨ ਲਈ ਰੁਕਿਆ ਤੇ ਕੰਨ ਭਰਨ ਵਾਲਿਆਂ ਨੇ ਜਹਾਂਗੀਰ ਤੱਕ ਇਹ ਖਬਰ ਪਹੁੰਚਾਤੀ ਖਾਸ ਕਰਕੇ ਚੰਦੂ ਔਰ ਗੁਰੂ ਸਾਹਿਬ ਦੇ ਦੋ ਆਪਣੇ ਸਕੇ ਭਰਾ ਪਿਰਥੀ ਚੰਦ ਵੀ ਉਹਨਾਂ ਚ ਸ਼ਾਮਲ ਸੀ ਇਹ ਸਾਰੇ ਗੁਰੂ ਸਾਹਿਬ ਦੇ ਖਿਲਾਫ ਸੀਗੇ ਔਰ ਇਹਨਾਂ ਨੇ ਗੱਲ ਪਹਚਾਈ ਕਿ ਖੁਸਰੋ ਦੀ ਮਦਦ ਗੁਰੂ ਸਾਹਿਬ ਕਰ ਰਿਹਾ ਹੈ ਤਾਂ ਦੇਖੋ ਸਭ ਤੋਂ ਮੁੱਖ ਕਾਰਨ ਵੀ ਗੁਰੂ ਸਾਹਿਬ ਨੇ ਖੁਸਰੋ ਨੂੰ ਪਨਾਹ ਦਿੱਤੀ ਹੈ ਤੇ ਜਹਾਂਗੀਰ ਇਸ ਕਰਕੇ ਵੀ ਗੁਰੂ ਸਾਹਿਬ ਦੇ ਹੋਰ ਜ਼ਿਆਦਾ ਵਿਰੁੱਧ ਹੋ ਗਿਆ ਮੁੱਖ ਕਾਰਨ ਚਾਰ ਸੀਗੇ ਇੱਕ ਤਾਂ ਜਹਾਂਗੀਰ ਦੀ ਧਾਰਮਿਕ ਕਟੜਤਾ ਸੌੜੀ ਸੋਚ ਤੇ ਜਿਹੜੀ ਅਸਹਿਣਸ਼ੀਲਤਾ ਤੇ ਦੂਜੇ ਧਰਮਾਂ ਨੂੰ ਜਾਂ ਦੂਜੀਆਂ ਸੋਚਾਂ ਨੂੰ ਆਪ ਤੋਂ ਨੀਵਾਂ ਹੀਣਾ ਸਮਝਣਾ ਇਹੀ ਸੋਚ ਜਿਹੜੀ ਹੈ ਜਹਾਂਗੀਰ ਦੀ ਤੇ ਜਿਹੜੇ ਗੁਰੂ ਸਾਹਿਬ ਦੇ ਦੋਖੀ ਸੀ ਗੁਰੂ ਸਾਹਿਬ ਦੀ ਸ਼ਹਾਦਤ ਦੇ ਅਸਲੀ ਕਾਰਨ ਬਣੀ ਤਤਕਾਲੀ ਕਾਰਨ ਖੁਸਰੋ ਬਣਿਆ ਕਾਰਨ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਮੁੱਖ ਤੇ ਜੜ੍ਹ ਇੱਕ ਤਤਕਾਲੀ ਯਾਨੀ ਵਕਤੀਕਾਰ ਜਿਹੜਾ ਤੁਰੰਤ ਸਾਹਮਣੇ ਆ ਜਾਂਦਾ ਤਾਂ ਖੁਸਰੋ ਤਤਕਾਲੀ ਕਾਰਨ ਬਣਿਆ ਪਰ ਮੁੱਖ وجہ ਉਹੀ ਸੋਚ ਸੀ ਜਿਹੜੀ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਾ ਤੇ ਗੁਰੂ ਸਾਹਿਬ ਨੂੰ ਫਿਰ ਆਰਡਰ ਆਇਆ ਜਹਾਂਗੀਰ ਦੇ ਕਿ ਉਹਨਾਂ ਨੂੰ ਗ੍ਰਫਤਾਰ ਕੀਤਾ ਜਾਏ ਔਰ ਉਹਨਾਂ ਨੂੰ ਸ਼ਹੀਦ ਕੀਤਾ ਜਾਵੇ ਤੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਉੱਪਰ ਸ਼ਹਿਜ਼ਾਦਾ ਖੁਸਰੋ ਨੂੰ ਪਨਾਹ ਦੇਣ ਦਾ ਦੋਸ਼ ਜਿਹੜਾ ਲਾਇਆ ਹੁਣ ਕਾਰਨ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਜੜ ਤੇ ਮੁਖ ਇੱਕ ਤਤਕਾਲੀ ਮਤਲਬ ਤਾਜੇ ਤਾਜੀ ਤਾਜਾ ਕਾਰਨ ਖੁਸਰੋ ਬਣਿਆ ਪਰ ਮੁਖ ਕਾਰਨ ਉਹੀ ਸੀਗੇ ਜਿਹੜੀ ਜਹਾਂਗੀਰ ਦੀ ਤੇ ਗੁਰੂ ਸਾਹਿਬ ਦੇ ਦੁੱਖੀਆਂ ਦੀ ਜਿਹੜੀ ਸੌੜੀ ਸੋਚ ਸੀ ਜਿਹੜੀ ਕੱਟੜਤਾ ਸੀ ਜਿਹੜੀ ਅਸਹਿਣਸ਼ੀਲਤਾ ਸੀ ਉਹੀ ਮੁਖ ਕਾਰਨ ਸੀਗੇ ਹੁਣ ਜਹਾਂਗੀਰ ਨੇ ਉਥੋਂ ਹੁਕਮ ਭੇਜੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਜਾਏ ਗੁਰੂ ਸਾਹਿਬ ਨੂੰ ਇਹ ਵੀ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਤੂੰ ਮੇਰੀ ਪ੍ਰਸ਼ੰਸਾ ਦੇ ਵਿੱਚ ਤੇ ਇਸਲਾਮ ਦੀ ਪ੍ਰਸ਼ੰਸਾ ਦੇ ਵਿੱਚ ਲਿਖ ਗੁਰੂ ਸਾਹਿਬ ਨੇ ਜਹਾਂਗੀਰ ਦੀ ਮਨਮਰਜ਼ੀ ਦੀਆਂ ਗੱਲਾਂ ਗੁਰਬਾਣੀ 'ਚ ਲਿਖਣ ਤੋਂ ਬਿਲਕੁਲ ਨਾ ਕਰ ਦਿੱਤੀ ਤੇ ਇਹ ਸਾਰੀਆਂ ਚੀਜ਼ਾਂ ਨੇ ਰਲ ਕੇ ਹੋਰ ਜ਼ਿਆਦਾ ਜਿਹੜਾ ਕਟੜਤਾ ਦਾ ਅਸਹਿਣਸ਼ੀਲਤਾ ਦਾ ਮਾਹੌਲ ਬਣਾਤਾ ਤੇ ਗੁਰੂ ਸਾਹਿਬ ਦੀ ਮਹਾਨ ਸੋਚ ਤੇ ਸਾਂਝੀ ਵਾਲਤਾ ਨੂੰ ਬਰਦਾਸ਼ਤ ਨਾ ਕਰਦੇ ਹੋયા ਜਿਹੜੇ ਜਿਹੜੀਆਂ ਕੱਟੜਵਾਦੀ ਤੇ ਜਿਹੜੀਆਂ ਸੌੜੀ ਸੋਚ ਵਾਲੀਆਂ ਤਾਕਤਾਂ ਸੀ ਉਹਨਾਂ ਨੇ ਫਿਰ ਗੁਰੂ ਸਾਹਿਬ ਦੀ ਸ਼ਹਾਦਤ ਤੱਕ ਇਸ ਨੂੰ ਪਹੁੰਚਾਇਆ ਔਰ 1606 ਦੇ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਲਈ ਗਈ ਔਰ ਗੁਰੂ ਸਾਹਿਬ ਨੇ ਜਦੋਂ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਹਿਲੇ ਪੰਜ ਗੁਰੂ ਸਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਤ ਦਰਜ ਕੀਤੀ 15 ਜਿਹੜੇ ਭਗਤਾਂ ਦੀ 11 ਭੱਟਾਂ ਦੀ ਬਾਣੀ ਦਰਜ ਕੀਤੀ ਤੇ ਚਾਰ ਗੁਰ ਸਿੱਖਾਂ ਦੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 36 ਜਿਹੜੇ ਮਹਾਂਪੁਰਖਾਂ ਉਹਨਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਦੇ ਵਿੱਚ ਫਿਰ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕੀਤੀ ਸੀ ਦੇਖੋ ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਸੌੜੀ ਕੱਟੜ ਸੋਚ ਦੇ ਖਿਲਾਫ ਲੜਦਿਆਂ ਟੱਕਰ ਲੈਂਦੇ ਆ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਹੋਈ ਉਹੀ ਸੋਚ ਅੱਜ ਸਾਡੇ ਅੰਦਰ ਸਾਡੇ ਸਮਾਜ ਚ ਫੈਲ ਰਹੀ ਐ ਥੋੜਾ ਧਿਆਨ ਮਾਰ ਕੇ ਦੇਖੋ ਪਰ ਅਸੀਂ ਅੱਜ ਤੋ ਬੇਖਬਰ ਆ ਅਸੀਂ ਭੇਸ ਦੇ ਬਾਣੇ ਕੁਝ ਵੀ ਪਾਏ ਹੁਣ ਮੁੱਖ ਤਾਂ ਸੋਚ ਹੁੰਦੀ ਐ ਨਾ ਤੇ ਸੋਚ ਸਾਡੇ ਅੰਦਰ ਕਿਤੇ ਨਾ ਕਿਤੇ ਉਹ ਪਣਪ ਰਹੀ ਐ ਜਿਹੜੀ ਜਹਾਂਗੀਰ ਤੇ ਸੌੜੀ ਸੋਚ ਵਾਲੇ ਟੋਲੇ ਦੀ ਸੀ ਇਸ ਕਰਕੇ ਅੱਜ ਸਾਨੂੰ ਚਾਹੀਦਾ ਕਿ ਅਸੀਂ ਵੀ ਜਿਹੜੀ ਜਾਤ ਧਰਮ ਭਾਸ਼ਾ ਪ੍ਰਾਂਤ ਜਿੰਨੇ ਵੀ ਤਰ੍ਹਾਂ ਦੇ ਵਖਰੇਵੇਂ ਨੇ ਉਹਨਾਂ ਸਾਰਿਆਂ ਨੂੰ ਛੱਡ ਕੇ ਤੇ ਸਰਬ ਸਾਂਝੀ ਵਾਲਤਾ ਦੇ ਉਪਦੇਸ਼ ਨੂੰ ਅਪਣਾਈਏ ਗੱਲ ਸ਼ਬੀਲ ਦੀ ਸ਼ਬੀਲ ਜਿਹੜੀ ਹੈ ਉਹ ਇਸ ਤਰ੍ਹਾਂ ਸ਼ੁਰੂ ਹੋਈ ਕਿ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਤਾਂ ਉਹਨਾਂ ਦੇ ਜਿਹੜੇ ਪਹਿਲੇ ਜਿਹੜਾ ਸ਼ਹੀਦੀ ਸਮਾਗਮ ਜਿਹਨੂੰ ਆਪਾਂ ਭੋਗ ਕਹਿ ਦਿੰਨੇ ਆ ਉਹਦੇ ਉੱਪਰ ਜਿਹੜੀ ਦੂਰ ਦੂਰ ਤੋਂ ਸੰਗਤ ਆ ਰਹੀ ਸੀ ਤੁਰ ਤੁਰ ਕੇ ਆਉਂਦੇ ਹੁੰਦੇ ਸੀ ਉਸ ਵਕਤ ਤਾਂ ਫਿਰ ਰਸਤੇ ਦੇ ਵਿੱਚ ਲੋਕਾਂ ਨੇ ਮਿੱਠੇ ਤੇ ਠੰਡੇ ਪਾਣੀ ਦੀਆਂ ਸ਼ਬੀਲਾਂ ਲਾਈਆਂ ਸ਼ਬੀਲ ਜਿਹੜਾ ਹੈ ਇਹ ਫਾਰਸੀ ਦਾ ਸ਼ਬਦ ਹੈ ਜਿਹਦਾ ਮਿੱਠਾ ਠੰਡਾ ਸ਼ਰਬਤ ਇਹਦਾ ਅਰਥ ਹੈ ਤਾਂ ਉਸ ਤੋਂ ਫਿਰ ਇਹ ਸ਼ਬੀਲ ਚੱਲੀ ਆ ਰਹੀ ਹੈ ਕੁਝ ਲੋਕ ਜਿਹੜੇ ਨੇ ਉਹ ਇਹਨੂੰ ਐਵੇਂ ਵੀ ਜੋੜਦੇ ਨੇ ਕਿ ਜਿਹੜੀ ਚੰਦੂ ਦੀ ਨੂੰਹ ਸੀ ਉਹ ਗੁਰੂ ਸਾਹਿਬ ਨੂੰ ਜੇਲ੍ਹ ਦੇ ਵਿੱਚ ਜਦੋਂ ਕਹਿੰਦੇ ਵੀ ਚੰਦੂ ਦਾ ਪੁੱਤ ਨੂੰਹ ਤੇ ਘਰ ਵਾਲੀ ਜੇਲ੍ਹ 'ਚ ਗੁਰੂ ਸਾਹਿਬ ਨੂੰ ਮਿਲਣ ਗਏ ਤੇ ਉੱਥੇ ਉਹ ਸ਼ਰਬਤ ਲੈ ਕੇ ਗਏ ਤੇ ਗੁਰੂ ਸਾਹਿਬ ਨੇ ਪੀਣ ਤੋਂ ਇਨਕਾਰ ਕਰਤਾ ਤੇ ਪਰ ਉਹਨਾਂ ਨੇ ਕਿਹਾ ਕਿ ਇਹ ਸ਼ਰਬਤ ਜਿਹੜਾ ਤੁਸੀਂ ਮੇਰੇ ਲਈ ਲੈ ਕੇ ਆਏ ਹੋ ਇਹ ਦੀਆਂ ਸ਼ਬੀਲਾਂ ਲੱਗਿਆ ਕਰਨਗੀਆਂ ਤੇ ਤਾਂ ਸ਼ਬੀਲ ਲੱਗਣੀ ਸ਼ੁਰੂ ਹੋਈ ਪਰ ਇਹ ਮਿੱਥਿਹਾਸ ਹੈ ਇਤਿਹਾਸ ਦੂਸਰਾ ਹੈ ਕਿ ਗੁਰੂ ਸਾਹਿਬ ਦੇ ਜਿਹੜਾ ਮਹਾਨ ਸ਼ਰਧਾਂਜਲੀ ਸਮਾਗਮ ਸੀਗਾ ਜਦੋਂ ਉਹਨਾਂ ਦੇ ਜੋਤੀ ਜੋਤ ਸਮਾਏ ਉਹ ਤਾਂ ਉਹਦੇ ਉੱਪਰ ਜਿਹੜੇ ਲੋਕ ਆ ਰਹੇ ਸੀ ਉਹਨਾਂ ਦੇ ਲਈ ਜਿਹੜਾ ਸ਼ਬੀਲਾ ਰਸਤੇ ਚ ਲਾਈਆਂ ਗਈਆਂ ਉਥੋਂ ਹੀ ਸ਼ਬੀਲ ਦੀ ਸ਼ੁਰੂਆਤ ਹੋਈ ਹੈ ਸੋ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਮੇਰੇ ਨਾਲ ਕੈਮਰੇ ਤੇ ਲਵਪ੍ਰੀਤ ਸਿੰਘ ਬਹੁਤ ਮਿਹਰਬਾਨ